ਸਹਿਲੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਤੁਹਾਡੀ ਮੱਧਕਾਲ ਦੀ ਚੋਣੀ ਪੰਜਾਬੀ ਕਵਿਤਾ। ਮੱਧਕਾਲ ਦੀ ਚੋਣੀ ਪੰਜਾਬੀ ਕਵਿਤਾ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਵਾਰਿਸ ਸ਼ਾਹ ਜੀ ਨੂੰ। ਵਾਰਿਸ ਸ਼ਾਹ ਜੀ ਦਾ ਲਿਖਿਆ ਹੋਇਆ ਕਿੱਸਾ ਹੀਰ, ਜੋ ਕਿ ਬਹੁਤ ਹੀ ਪ੍ਰਸਿੱਧ ਜਿਹੜਾ ਕਿੱਸਾ ਹੈ ਉਹਨੇ ਕਿਹਾ ਹੈ, ਜਿਸ ਨੇ ਵਾਰਿਸ ਸ਼ਾਹ ਨੂੰ ਸ਼੍ਰੋਮਣੀ ਕਿੱਸਾਕਾਰਾਂ ਦੇ ਵਿੱਚ ਖੜੇ ਕਰ ਦਿੱਤਾ ਸੀ। ਸੋ ਵਾਰਿਸ ਦੀ ਹੀਰ ਜੋ ਹੈ ਬਹੁਤ ਹੀ ਜ਼ਿਆਦਾ ਮਸ਼ਹੂਰ ਜਿਹੜੀ ਹੈ ਹੋਈ ਹੈ। ਕਹਿੰਦੇ ਹਨ ਕਿ ਹੀਰ ਜਿਹੜੀ ਹੈ ਉਸਨੇ ਵਾਰਿਸ ਨੂੰ ਅਮਰਤਾ ਬਖਸ਼ੀ ਹੈ, ਅਤੇ ਜਿਹੜਾ ਵਾਰਿਸ ਹੈ ਉਸਨੂੰ ਉਸਨੇ ਹੀਰ ਨੂੰ ਅਮਰ ਕਰ ਦਿੱਤਾ ਹੈ। ਸੋ ਵਾਰਿਸ ਦੀ ਲਿਖੀ ਹੋਈ ਇਹ ਹੀਰ ਜਿਹੜੀ ਹੈ, ਹੀਰਾਂ ਦੀ ਜਿਹੜੀ ਕਹਾਣੀ ਹੈ, ਇਸ ਦੇ ਵਿੱਚ ਅਸੀਂ ਕੁਝ ਇਸ ਭਾਗ ਜਿਹੜੇ ਹਨ, ਇਸ ਕਿੱਸੇ ਦੇ ਕੁਝ ਭਾਗ ਜਿਹੜੇ ਹਨ ਉਹ ਸਾਡੇ ਪਿਛਲੀਆਂ ਕਲਾਸਾਂ ਦੇ ਵਿੱਚ ਕਰ ਚੁੱਕੇ ਹਾਂ, ਕੁਝ ਬਾਕੀ ਹਨ ਅਤੇ ਕੁਝ ਅਸੀਂ ਹੁਣ ਜਿਹੜਾ ਹੈ ਕਰਨ ਜਾ ਰਹੇ ਹਾਂ। ਸੋ ਪਿੱਛੇ ਜਿਹੜਾ ਸੀ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਰਾਜ ਦੇ ਪਿਤਾ ਮਜਨੂੰ ਦੀ ਜਿਹੜੀ ਮੌਤ ਹੋ ਚੁੱਕੀ ਹੈ, ਭਰਾ ਭਰਜਾਈਆਂ ਤੰਗ ਕਰਦੀਆਂ ਹਨ, ਰਾਜਾ ਜਿਹੜਾ ਹੈ ਘਰ ਛੱਡ ਕੇ ਨਿਕਲ ਤੁਰਿਆ ਹੈ, ਅਤੇ ਉਸ ਤੋਂ ਬਾਅਦ ਰਾਜੇ ਦੀ ਜਿਹੜੀ ਮੁਲਾਕਾਤ ਹੈ ਉਹ ਹੀਰ ਦੇ ਨਾਲ ਹੋ ਚੁੱਕੀ ਹੈ। ਰਾਜਾ ਹੀਰ ਦੀ ਜਿਹੜੀ ਬੇੜੀ ਹੈ ਉਸਦੇ ਉੱਤੇ ਆ ਕੇ ਖੂਬ ਸੁੱਤਾ ਪਿਆ ਹੈ, ਅਤੇ ਜਦੋਂ ਹੀਰ ਨੂੰ ਆਪਣੀ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੀਆਂ ਸੱਟ ਸਿੱਧੇ ਨੂੰ ਨਾਲ ਲੈ ਕੇ ਉਸਨੂੰ ਮਾਰਨ ਦੇ ਲਈ ਆ ਜਾਂਦੀ ਹਨ। ਕਹਿੰਦੇ ਪਕੜ ਸ਼ੰਕਾ ਮਾਰੋ ਵੀ ਮਾਰ ਕਰਦੀ, ਭਰੇ ਆਦਮੀ ਤੇ ਕਹਿਰਵਾਨ ਹੋਈ, ਰਾਜਾ ਉੱਠ ਕੇ ਆਖਿਆ ਵਾਹ ਸੱਜਣ ਹੀਰ ਹੱਸ ਕੇ ਮਿਹਰਬਾਨ ਹੋਈ। ਸੋ ਜਿਹੜੀਆਂ ਬਹੁਤ ਹੀ ਜ਼ਿਆਦਾ ਮਤਲਬ ਮਹੱਤਵਪੂਰਨ ਜਿਹੜਾ ਇਹ ਪਹਿਰਾ ਆ ਤੁਹਾਡੇ ਇਸ ਕਿੱਸੇ ਦਾ, ਕਹਿੰਦੇ ਜਿਹੜੀ ਹੀਰ ਹੈ ਉਹ ਆਪਣੇ ਜਿਹੜਾ ਹੈ ਸਾਥੀ ਨੂੰ ਨਾਲ ਲੈ ਕੇ ਰਾਜੇ ਨੂੰ ਮਾਰਨ ਦੇ ਲਈ ਆਉਂਦੀ ਹੈ, ਅਤੇ ਉਹਨਾਂ ਨੇ ਆਪਣੀਆਂ ਹੱਥ ਉਹਨਾਂ ਦੇ ਸਾਰਿਆਂ ਦੇ ਹੱਥ ਵਿੱਚ ਸ਼ੰਕਾਂ ਫੜੀਆਂ ਹੋਈਆਂ ਹਨ, ਅਤੇ ਉਹ ਸ਼ੰਕਾਂ ਫੜ ਕੇ ਉਸਨੂੰ ਮਾਰ ਕੁੱਟਣ ਦੇ ਲਈ ਆਉਂਦੀਆਂ ਹਨ। ਅਤੇ ਜਦੋਂ ਹੀਰ ਜਿਹੜੀ ਹੈ ਰਾਜੇ ਦੇ ਮਾਰਨ ਲੱਗਦੀ ਹੈ ਤਾਂ ਰਾਜਾ ਜਿਹੜਾ ਹੈ ਉਹ ਆਪਣੇ ਮੂੰਹ ਤੋਂ ਕੱਪੜਾ ਉਤਾਰਦਾ ਹੈ, ਅਤੇ ਵਧੋ ਵਧ ਉਸਦੇ ਮੂੰਹੋਂ ਇਹ ਸ਼ਬਦ ਨਿਕਲ ਜਾਂਦੇ ਹਾਂ ਵਾਹ ਸੱਜਣ, ਤਾਂ ਜਿਹੜੀ ਹੀਰ ਵੀ ਅੱਗੋਂ ਹੱਸ ਪੈਂਦੀ ਹੈ ਅਤੇ ਹੱਸ ਜਿਹੜੀ ਹੈ ਰਾਜੇ ਦੇ ਉੱਤੇ ਮੋਹਿਤ ਹੋ ਜਾਂਦੀ ਹੈ। ਸੋ ਇੱਥੇ ਹੀ ਦੋਨਾਂ ਦਾ ਜਿਹੜਾ ਪਿਆਰ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸੋ ਉਸ ਤੋਂ ਬਾਅਦ ਜਿਹੜਾ ਹੀਰ ਅਤੇ ਰਾਜੇ ਦੀ ਜਿਹੜੀ ਹਾਲਤ ਹੈ ਉਸਦਾ ਬਿਆਨ ਜਿਹੜਾ ਹੈ ਕਵੀ ਨੇ ਬਹੁਤ ਸੋਹਣੇ ਢੰਗ ਨਾਲ ਕੀਤਾ ਸੀ ਕਿ ਕਿਸ ਤਰ੍ਹਾਂ ਜਿਹੜਾ ਹੈ ਰਾਜੇ ਦੇ ਅਪਣਤ ਭਰੇ ਸ਼ਬਦ ਸੁਣ ਕੇ ਜਿਹੜੀ ਹੀਰ ਹੈ ਉਸ ਉੱਤੇ ਮਿਹਰਬਾਨ ਹੋ ਗਈ ਹੈ। ਇਹ ਉਹਨਾਂ ਦੀ ਪਹਿਲੀ ਮਿਲਣੀ ਸੀ ਅਤੇ ਪਹਿਲੀ ਮਿਲਣੀ ਦੇ ਸਮੇਂ ਰਾਜੇ ਦੀ ਕੱਛ ਦੇ ਵਿੱਚ ਮਛਲੀ ਹੈ, ਕੰਨਾਂ ਦੇ ਵਿੱਚ ਵਾਲੇ ਪਾਏ ਹੋਏ ਹਨ, ਅਤੇ ਦੂਜੇ ਪਾਸੇ ਇਹ ਜਿਹੜੀ ਹੀਰ ਦੇ ਬੁੱਕੜੇ ਦੇ ਉੱਪਰ ਜਿਹੜੀ ਲਟਕਦੀ ਹੋਈ ਜੁਲਮ ਬਹੁਤ ਜ਼ਿਆਦਾ ਹੈਰਾਨ ਹੋ ਪਈ ਹੈ, ਅਤੇ ਕਹਿੰਦੇ ਹੀਰ ਦੇ ਮੁੱਖੜੇ ਉੱਪਰ ਲਟਕਦੀ ਜੁਲਮ ਸਭ ਹੈਰਾਨ ਹਨ। ਇਸ ਸਮੇਂ ਖੂਬਸੂਰਤ ਚਮਕੀਲੇ ਕਾਲੇ ਵਾਲਾਂ ਵਿੱਚੋਂ ਘਿਰਿਆ ਹੋਇਆ ਰਾਜੇ ਦਾ ਭਗਤ ਬੇਣੀ ਵਰਗਾ ਜਿਹੜਾ ਮੁੱਖੜਾ ਹੈ ਉਹ ਚੰਦ ਵੰਗ ਚਮਕ ਉੱਠਿਆ ਹੈ। ਦੂਜੇ ਪਾਸੇ ਹੀਰ ਦੀਆਂ ਅੱਖਾਂ ਦੇ ਵਿੱਚ ਗਜਲੇ ਦੀ ਕਸਮਾਨ ਜਿਹੜੀ ਹੈ ਉਹ ਮਚਾ ਦਿੰਦੀ ਹੈ। ਇਸ ਪ੍ਰਕਾਰ ਆਪ ਮੁਹਾਰੇ ਹੀ ਉਹਨਾਂ ਦਾ ਵਿਆਹ ਜਿਹੜਾ ਹੈ ਉਹ ਪੈ ਜਾਂਦਾ ਹੈ। ਸੋ ਇਸ ਤਰ੍ਹਾਂ ਲੱਗ ਰਿਹਾ ਸੀ, ਇਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੈਮੂਰ ਦੀ ਬੇਟੀ ਜਿਹੜੀ ਹੈ ਜੁਲੇਖਾ ਜੋ ਯੂਸਫ ਦੇ ਵਿਆਹ ਵਿੱਚ ਪਾਗਲ ਹੋਈ ਹੋਈ ਸੀ, ਉਹ ਖੂਹ ਵਿੱਚੋਂ ਉਸਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਅਤੇ ਉਸਦੇ ਮਾਲਕ ਦੇ ਉੱਪਰ ਵੀ ਆਸ਼ਿਕ ਜਿਸ ਤਰ੍ਹਾਂ ਹੋ ਗਈ ਹੋਵੇ। ਸੋ ਦੋਨੇ ਹੀ ਜਿਹੜੇ ਹਨ ਦੋਨਾਂ ਦੀ ਇਹ ਜਿਹੜੀ ਪਹਿਲੀ ਜਿਹੜੀ ਮਿਲਣੀ ਹੀਰ ਅਤੇ ਰਾਜੇ ਦੀ ਜਿਹੜੀ ਹੈ ਉਹ ਮੰਨੀ ਗਈ ਹੈ। ਉਸ ਤੋਂ ਬਾਅਦ ਜਿਹੜਾ ਰਾਜਾ ਹੈ ਉਹ ਹੀਰ ਨੂੰ ਕਹਿੰਦਾ ਹੈ ਕਿ ਇਹ ਜਿਹੜਾ ਜਹਾਨ ਹੈ ਉਹ ਸੁਪਨੇ ਦੀ ਨਿਆਈ ਹੈ। ਉਹ ਹੀਰ ਨੂੰ ਕਹਿੰਦਾ ਹੈ ਕਿ ਉਸਨੂੰ ਇੰਨਾ ਮਾਣ ਸਤਿਕਾਰ ਨਹੀਂ ਕਰਨਾ ਚਾਹੀਦਾ, ਇਹ ਜਿਹੜਾ ਹੈ ਇਹ ਜਹਾਨ ਇੱਕ ਸੁਪਨੇ ਦੀ ਤਰ੍ਹਾਂ ਹੈ, ਇੱਥੋਂ ਹਰ ਇੱਕ ਨੇ ਚਲੇ ਜਾਣਾ ਹੈ। ਸੋ ਉਸਨੂੰ ਐਡਾ ਗੁਮਾਨ ਨਹੀਂ ਕਰਨਾ ਚਾਹੀਦਾ, ਸਗੋਂ ਉਸਨੂੰ ਤਾਂ ਮਹਿਮਾਨਾਂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ। ਸੋ ਉਹ ਕਹਿੰਦਾ ਜਿਹੜਾ ਸਾਨੂੰ ਤਾਂ ਰੱਬ ਦਾ ਆਸਰਾ ਹੈ, ਸੋ ਇਸ ਕਰਕੇ ਅਸੀਂ ਜਿਹੜਾ ਹੈ ਉਸਦੇ ਪਲੰਗ ਤੋਂ ਉੱਠ ਜਾਂਦੇ ਹਾਂ। ਸੋ ਉਸਨੂੰ ਜਿਹੜਾ ਹੈ ਦੂਸਰੇ ਨਾਲ ਇਸ ਤਰ੍ਹਾਂ ਵਿਵਹਾਰ ਨਹੀਂ ਕਰਨਾ ਚਾਹੀਦਾ, ਤਾਂ ਉਹ ਹੀਰ ਜਿਹੜੀ ਹੈ ਉਸਦੇ ਉੱਤੇ ਜੋ ਮੋਹਿਤ ਹੋ ਚੁੱਕੀ ਹੈ ਉਸਦੇ ਤਰਲੇ ਮਿੰਤਾ ਕਰਦੀ ਹੋਈ ਕਹਿੰਦੀ ਹੈ ਕਿ ਇਹ ਪਲੰਗ ਛੱਡ ਕੇ ਉਸਦਾ ਸਾਰਾ ਕੁਛ ਰਾਜੇ ਦਾ ਹੀ ਹੈ। ਉਹ ਉਸ ਦੇ ਪੈਰੇ ਹੱਥ ਮੰਗੀ ਹੈ, ਮਿੰਤਾ ਕਰਦੀ ਹੈ ਅਤੇ ਉਸ ਉੱਤੇ ਕਹਿੰਦੀ ਹੈ ਕਿ ਉਹ ਉਸਨੇ ਕਵੱਲਾ ਪਲੰਗ ਹੀ ਨੇ, ਸਗੋਂ ਆਪਣਾ ਸਾਰਾ ਕੋੜਵਾ ਪਰਿਵਾਰ ਜਿਹੜਾ ਹੈ ਉਸ ਤੋਂ ਰਾਜੇ ਤੋਂ ਵਾਰ ਕੇ ਸੁੱਟ ਦਿੱਤਾ ਹੈ। ਉਹ ਕਹਿੰਦੀ ਹੈ ਕਿ ਉਸਨੇ ਤਾਂ ਉਸਨੂੰ ਆ ਕੇ ਹੱਸ ਕੇ ਜਿਹੜਾ ਹੈ ਸਲਾਮ ਕੀਤਾ ਸੀ ਅਤੇ ਜਿਹੜਾ ਹੈ ਆਕਾਸ਼ ਨੂੰ ਉਹ ਫਿਰ ਕਹਿੰਦੀ ਹੈ ਕਿ ਉਹ ਉਸਨੂੰ ਗਲਤ ਸਮਝ ਬੈਠਾ ਹੈ, ਉਸਨੇ ਤਾਂ ਸਭ ਉਸਨੂੰ ਆ ਕੇ ਹੱਸ ਕੇ ਸਲਾਮ ਕੀਤਾ ਸੀ। ਕਹਿੰਦੀ ਉਸ ਤੋਂ ਬਿਨਾਂ ਤਾਂ ਉਸ ਰਾਜੇ ਤੋਂ ਬਿਨਾਂ ਤਾਂ ਉਸਦੀ ਜਿਹੜੀ ਹਾਲਤ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ, ਉਸਦੇ ਜਿਹੜੇ ਤ੍ਰਿੰਝਣ ਹਨ ਉਹ ਸੁਣਨੇ ਪਏ ਹਨ। ਸੋ ਉਹ ਕਹਿੰਦੀ ਹੈ ਕਿ ਉਹ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਉਹ ਰੱਬ ਦਾ ਉਸਨੂੰ ਫਕੀਰ ਕਹਿੰਦੀ ਹੋਈ ਕਹਿੰਦੀ ਹੈ ਕਿ ਉਸਨੇ ਜਿਹੜਾ ਹੈ ਉਸਦੀ ਜਿਹੜੀ ਜ਼ਿੰਦਗੀ ਹੈ ਉਸਨੂੰ ਤਾਰਿਆਂ ਦੇ ਵਾਂਗ ਰੋਸ਼ਨ ਕਰ ਦਿੱਤਾ ਹੈ। ਸੋ ਵਾਰਿਸ ਸ਼ਾਹ ਹੀਰ ਅਤੇ ਰਾਜੇ ਦਾ
ਨਾਲ ਹੁਣ ਕੋਈ ਜਿਹੜਾ ਹੈ ਕਿਸੇ ਨਹੀਂ ਕਰ ਸਕਦਾ ਸੀ ਉਹਨਾਂ ਦਾ ਤਾਂ ਸਾਰਾ ਕੰਮ ਅਸੀਂ ਰੱਬ ਨੇ ਆਪ ਹੀ ਸਵਾ ਦਿੱਤਾ ਸੀ ਸੋ ਇੱਥੇ ਅਸੀਂ ਗੱਲ ਕੀਤਾ ਸੀ ਅਤੇ ਅੱਗੇ ਜਿਹੜਾ ਹੈ ਕਿੱਸਾ ਹੈ ਆਪਣਾ ਜਿਹੜਾ ਮੋੜ ਹੈ ਅਗਲਾ ਮੋੜ 'ਤੇ ਆ ਜਾਂਦਾ ਹੈ ਜਿੱਥੇ ਜਾ ਕੇ ਕਹਾਣੀ ਜਿਹੜੀ ਹੈ ਕਿਸੇ ਦੀ ਵੱਟ ਜਾਂਦੀ ਹੈ ਹੀਰ ਦੇ ਮਾਤਾ ਪਿਤਾ ਨੂੰ ਹੀਰਾ ਜੀ ਦੀ ਪ੍ਰੇਮ ਕਹਾਣੀ ਦਾ ਹੁਣ ਪਤਾ ਚੱਲ ਚੁੱਕਾ ਹੈ ਅਤੇ ਉਹ ਜਿਹੜੇ ਹਨ ਮਤਲਬ ਹੀਰ ਦੇ ਰਾਜੇ ਨੂੰ ਵੱਖ ਕਰਨਾ ਚਾਹੁੰਦੇ ਹਨ ਅਤੇ ਇਸ ਕਰਕੇ ਹੀਰ ਦਾ ਜਿਹੜਾ ਵਿਆਹ ਹੈ ਉਹ ਸਹਿਦੇ ਖੇੜੇ ਨਾਲ ਕਰਨ ਦੀ ਜਿਹੜੀ ਗੱਲ ਹੈ ਉਹ ਚੱਲ ਪੈਂਦੀ ਹੈ ਸਹਿਦੇ ਖੇੜੇ ਨਾਲ ਵਿਆਹ ਜਿਹੜਾ ਰੱਖ ਦਿੱਤਾ ਜਾਂਦਾ ਹੈ ਹੀਰ ਇਸ ਵਿਆਹ ਦੇ ਲਈ ਰਾਜੀ ਨਹੀਂ ਹੈ ਹੀਰ ਦੇ ਮਾਂ ਬਾਪ ਜਿਹੜੇ ਹਨ ਕਦੇ ਪੰਡਿਤ ਜਿਹੜਾ ਹੈ ਉਸਨੂੰ ਵਿਆਹ ਕਰਾਉਣ ਲਈ ਮਨਾਉਂਦੇ ਹਨ ਅਤੇ ਕਦੇ ਜਿਹੜਾ ਹੈ ਕਾਜੀ ਨੂੰ ਵਿਆਹ ਹੀਰ ਨੂੰ ਵਿਆਹ ਕਰਨ ਲਈ ਤਿਆਰ ਕਰਨ ਲਈ ਕਿਹਾ ਜਾਂਦਾ ਹੈ ਸੋ ਕਿਸ ਤਰ੍ਹਾਂ ਇੱਕ ਕਾਜੀ ਜਿਹੜਾ ਹੈ ਉਹ ਹੀਰ ਦਾ ਵਿਆਹ ਜਿਹੜਾ ਹੈ ਸਾਡੇ ਖੇਡ ਨਾਲ ਕਰਾਉਣ ਦੇ ਲਈ ਆਉਂਦਾ ਹੈ ਅਤੇ ਉਸ ਸਮੇਂ ਦੀ ਜੋ ਹਾਲਤ ਹੁੰਦੀ ਹੈ ਉਸ ਨੂੰ ਵਾਰਿਸ ਸ਼ਾਹ ਨੇ ਆਪਣੇ ਜਿਹੜਾ ਹੈ ਕਿੱਸੇ ਦੇ ਵਿੱਚ ਸ਼ਾਮਿਲ ਕੀਤਾ ਹੈ ਸੋ ਕਹਿੰਦੇ ਦੁਰੇ ਸ਼ਰਾ ਦੇ ਮਾਰ ਉਦੇੜ ਦੇ ਸਾਂ ਕਰਾਂ ਉਮਰ ਖਤਾਬ ਦਾ ਨਿਆਮ ਹੀਰੇ ਘਾਤਕ ਅੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਲ ਵੇਖ ਸੀ ਪਿੰਡ ਕਿਰਾਓ ਹੀਰੇ ਖੇੜਾ ਕਰੇ ਕਬੂਲ ਤਾਂ ਖੈਰ ਤੇਰੀ ਛੱਡ ਚਾਕਰ ਜਿੰਡੇ ਦਾ ਨਾਮ ਹੀਰੇ ਅੱਖੀ ਹੇਠ ਕੇ ਵਕਤ ਲੰਘਾ ਹੋਈਏ ਇਹ ਜਹਾਨ ਹੈ ਬਦਲਾ ਦੀ ਸ਼ਾਮ ਹੀਰੇ ਵਾਰਸ਼ਾ ਹੁਣ ਆਸਰਾ ਰੱਬ ਦਾ ਏ ਜਦੋਂ ਵਿਟਰੇ ਬਾਪ ਦੇ ਮਾਂ ਹੀਰੇ ਸੋ ਜਿਹੜਾ ਕਾਜੀ ਹੈ ਕਹਿੰਦੇ ਉਹ ਖੇੜਿਆਂ ਦੇ ਨਾਲ ਹੀਰ ਦਾ ਨਿਕਾਹ ਪੜਾਉਣ ਦੇ ਲਈ ਜਿਹੜਾ ਹੈ ਹੀਰ ਨੂੰ ਰਾਜੀ ਕਰਨ ਦੇ ਲਈ ਆਉਂਦਾ ਹੈ ਅਤੇ ਉਸ ਨੂੰ ਸਰਾਂ ਦੇ ਨਿਜ਼ਮਾਂ ਦੀ ਜਿਹੜੀ ਧਮਕੀ ਹੈ ਉਹ ਦਿੰਦਾ ਹੈ ਸੋ ਕਾਜੀ ਜਿਹੜਾ ਹੈ ਉਹ ਹੀਰ ਨੂੰ ਕਿਹਾ ਹੈ ਕਹਿੰਦਾ ਹੈ ਕਿ ਜੇਕਰ ਉਸਨੇ ਉਹ ਆਪਣੇ ਮਾਂ ਬਾਪ ਦੇ ਚੁਣੇ ਹੋਏ ਪਤੀ ਸਹਿਦੇ ਖੇੜੇ ਦੇ ਨਾਲ ਨਿਕਾਹ ਪੜਾਉਣ ਲਈ ਉਹ ਰਾਜੀ ਨਾ ਹੋਈ ਤਾਂ ਉਹ ਉਸਨੂੰ ਸਰਾਂ ਦੇ ਨਿਜ਼ਮ ਦੇ ਅਨੁਸਾਰ ਘੋੜੇ ਜਿਹੜੇ ਹੈ ਮਾਰ ਕੇ ਉਸਦੀ ਖਲ ਜਿਹੜੀ ਹੈ ਉਹ ਦੇਵੇਗਾ ਅਤੇ ਕਹਿੰਦੇ ਉਸਦੇ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ ਜੇ ਉਹ ਅਜਿਹਾ ਕਹਿੰਦੇ ਨਾ ਕਰਾਂ ਉਮਰ ਖਿਤਾਬ ਦਾ ਨਾਮ ਹੀਰੇ ਉਮਰ ਖਿਤਾਬ ਜਿਹੜਾ ਹੈ ਉਹ ਜਿਹੜਾ ਉਮਰ ਖਿਤਾਬ ਜਿਹੜਾ ਹੈ ਉਸਨੇ ਆਪਣੇ ਪੁੱਤਰ ਨੂੰ ਜਬਰ ਜਨਾਹ ਕਰਨ ਦੇ ਦੋਸ਼ ਦੇ ਵਿੱਚ 100 ਘੋੜੇ ਜਿਹੜੇ ਹਨ ਉਹ ਮਾਰੇ ਸਨ ਸੋ ਉਮਰ ਖਿਤਾਬ ਜਿਹੜਾ ਹੈ ਉਸਦੀ ਜਿਹੜੀ ਗੱਲ ਹੈ ਇੱਥੇ ਜਿਹੜਾ ਹੈ ਇਸ ਕਿੱਸੇ ਦੇ ਵਿੱਚ ਕੀਤੀ ਗਈ ਹੈ ਸੋ ਉਮਰ ਖਿਤਾਬ ਜਿਹੜਾ ਹੈ ਉਸਦੀ ਗੱਲ ਜਿਹੜੀ ਹੈ ਇਸ ਕਿੱਸੇ ਦੇ ਵਿੱਚ ਕੀਤੀ ਗਈ ਹੈ ਅਤੇ ਜਿਹੜਾ ਕਾਜੀ ਹੈ ਉਸ ਹੀਰ ਨੂੰ ਜਿਹੜਾ ਹੈ ਉਮਰ ਖਿਤਾਬ ਨੂੰ ਉਦਾਹਰਨ ਦੇ ਕੇ ਕਹਿੰਦਾ ਹੈ ਕਿ ਜਿਹੋ ਜਿਹਾ ਨਿਆਂ ਉਮਰ ਖਿਤਾਬ ਨੂੰ ਜਿਹੜਾ ਹੈ ਨੇ ਨਿਆਂ ਕਰਨ ਸਮੇਂ ਕਹਿੰਦੇ ਆਪਣੇ ਜਬਰ ਜਨਾਹ ਕਰਨ ਵਾਲੇ ਪੁੱਤਰ ਨੂੰ 100 ਘੋੜੇ ਮਰਵਾ ਕੇ ਕੀਤਾ ਸੀ ਉਹ ਵੀ ਉਸ ਨਾਲ ਇਸ ਤਰ੍ਹਾਂ ਦਾ ਹੀ ਨਿਆਂ ਜਿਹੜਾ ਹੈ ਕਰੇਗਾ ਸੋ ਉਸਨੂੰ ਸਰਾਂ ਦੇ ਨਿਜ਼ਮਾਂ ਦੀ ਉਲੰਘਣਾ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਸਰਾਂ ਦੇ ਨਿਜ਼ਮ ਦੀ ਉਲੰਘਣਾ ਦੋਸ਼ ਕਰਨ ਉਲੰਘਣਾ ਕਰਨ ਦੇ ਦੋਸ਼ ਵਿੱਚ ਉਸਨੂੰ ਗੱਖਾਂ ਦੇ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ ਜਾਵੇਗੀ ਅਤੇ ਇਸ ਨੂੰ ਸਾਰੇ ਦਾ ਸਾਰਾ ਪਿੰਡ ਜਿਹੜਾ ਹੈ ਉਹ ਵੇਖਦਾ ਰਹਿ ਜਾਵੇਗਾ ਜੇਕਰ ਉਹ ਸਹਿਦੇ ਖੇੜੇ ਦੇ ਨਾਲ ਵਿਆਹ ਕਰਨ ਦੇ ਲਈ ਜਿਹੜਾ ਹੈ ਮਤਲਬ ਵਿਆਹ ਕਰਨਾ ਕਬੂਲ ਕਰ ਲਵੇ ਤਾਂ ਨੌਕਰ ਜਿਹੜਾ ਹੈ ਰਾਂਝੇ ਦਾ ਜਿਹੜਾ ਰਾਂਝਾ ਉਹਨਾਂ ਦਾ ਨੌਕਰ ਹੈ ਉਸਦਾ ਨਾਮ ਲੈਣਾ ਬੰਦ ਕਰ ਦੇਵੇ ਤਾਂ ਉਹ ਉਸਨੂੰ ਬਚਾ ਸਕਦਾ ਹੈ ਤੇ ਉਹ ਕਹਿੰਦਾ ਜੇਕਰ ਉਹ ਸਹਿਦੇ ਖੇੜੇ ਨਾਲ ਜਿਹੜਾ ਹੈ ਆਪਣਾ ਨਿਕਾਹ ਕਬੂਲ ਕਰ ਲਵੇ ਅਤੇ ਨੌਕਰ ਰਾਂਝੇ ਦੇ ਨਾਲ ਜਿਹੜਾ ਹੈ ਨਾਮ ਜਿਹੜਾ ਉਸਦਾ ਲੈਣਾ ਬੰਦ ਕਰ ਦੇਵੇ ਤਾਂ ਹੀ ਉਸਦਾ ਜਿਹੜਾ ਬਚਾਅ ਹੈ ਉਹ ਹੋ ਸਕੇਗਾ ਸੋ ਉਸਨੂੰ ਇੰਨੀ ਜਿਹੜਾ ਕਾਜੀ ਹੈ ਹੀਰ ਨੂੰ ਕਹਿੰਦਾ ਹੈ ਕਿ ਤੈਨੂੰ ਇੰਨੀ ਅੱਤ ਚੁੱਕਣੀ ਨਹੀਂ ਚਾਹੀਦੀ ਉਸਨੂੰ ਅੱਖਾਂ ਮੀਟ ਕੇ ਜਿਹੜਾ ਹੈ ਸਬਰ ਨਾਲ ਸਮਾਂ ਜਿਹੜਾ ਹੈ ਗੁਜ਼ਾਰਨਾ ਚਾਹੀਦਾ ਹੈ ਅਤੇ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਸੋ ਇਹ ਇੱਕ ਬਦਲਾਂ ਦੀ ਛਾਂ ਵਾਂਗ ਹੈ ਇੱਥੇ ਸਦਾ ਕਿਸੇ ਨੇ ਰਹਿਣਾ ਨਹੀਂ ਹੈ ਵਾਰਿਸ਼ਾ ਕਹਿੰਦਾ ਹੈ ਕਿ ਜਦੋਂ ਹੁਣ ਹੀਰ ਦੇ ਮਾਂ ਬਾਪ ਹੀ ਜਿਹੜੇ ਉਸਦੇ ਵਿਰੋਧੀ ਹੋ ਗਏ ਸਨ ਤਾਂ ਉਸਨੂੰ ਕੇਵਲ ਰੱਬ ਦਾ ਹੀ ਆਸਰਾ ਜਿਹੜਾ ਹੈ ਹੁਣ ਰਹਿ ਗਿਆ ਸੀ ਕਿਉਂਕਿ ਹੁਣ ਹੀਰ ਦੇ ਮਾਂ ਬਾਪ ਖੁਦ ਹੀ ਉਸਦੇ ਜਿਹੜੇ ਵਿਰੋਧੀ ਹਨ ਉਹ ਹੋ ਗਏ ਸਨ ਸੋ ਅੱਗੇ ਚੱਲਦੇ ਹਾਂ ਜੀ ਅਗਲੇ ਗਾਣੇ ਵਿੱਚ ਕਹਿੰਦੇ ਰਲੇ ਦਿਲਾਂ ਨੂੰ ਪਕੜ ਵਿਛੋੜ ਦਿੰਦੇ ਬੁਰੀ ਬਾਣ ਹੈ ਤਿੰਨਾਂ ਹਥਿਆਰਿਆਂ ਤੋਂ ਨਿੱਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਇਹੋ ਸ਼ਾਂਤਾ ਰੱਬ ਦੇ ਮਾਰਿਆਂ ਨੂੰ ਖਾਵਣ ਵੱਡੀਆਂ ਨਿੱਤ ਇਮਾਨ ਵੇਚਣ ਕਿਹਾ ਦੋਸ਼ ਹੈ ਇਹਨਾਂ ਵਿਚਾਰਿਆਂ ਨੂੰ ਰੱਬ ਦੋਜਖਾਂ ਨੂੰ ਭਰੇ ਪਾ ਬਾਲਣ ਰੱਬ ਦੋਜਖਾਂ ਨੂੰ ਭਰੇ ਪਾ ਬਾਲਣ ਕਿਹਾ ਦੋਸ਼ ਹੈ ਇਹਨਾਂ ਵਿਚਾਰਿਆਂ ਨੂੰ ਵਾਰਸ਼ਾ ਮੀਆਂ ਬੜੀ ਬਹੁਤੀ ਔਖੀ ਨਹੀਂ ਜਾਣਦੇ ਸਾਂ ਇਹਨਾਂ ਕਾਰਿਆਂ ਨੂੰ ਸੋ ਜਿਹੜੀ ਹੀਰ ਹੈ
हूँ जो काजी है वह हीर को मना की बहुत ज्यादा कोशिश कर रहा है तो उद जी हीर है वह काजी के बारे में फिर की जरा जवाब है दे रही है की गल कर रही है वह सब कुछ इस पहले दर्ज किया गया है। सो कहते रले दिलों को पकड़ में छोड़ देंदे बुरी बाण है इन्ना हत्यारिया। सो हीर जी है वह काजी को कह रही है कि वह जा उन्होंने जालमान ये बड़ी बड़ी बुरी आदत है जड़े ये लोग जालम हैं इन्हों बड़ी बहुत ही ज़्यादा बुरी आदत है जेडे कि एक मिक होए प्रेमी जोड़िया विछोड़ के रख देंगे। सो इन्होंने ये बड़ी ज़्यादा बुरी आदत है कि ये एक मिक होए प्यारिया जड़ा है प्रेमी जोड़िया विछोड़ के रख देंगे। कहते नित शहर के फिक्र गलदान रहते इन्हों रले दिलों पकड़ विछोड़ देंगे बड़ी बुरी बाण है इन्हों हथियारिया। सो इन्हों जी है बहुत ज़्यादा बुरी जी आदत है इन्हों रब के मारिया की बदकिस्मती ही है। कहते इन जरा रब नित शहर के फिक्र गलदान रहते यो शाम का रब के मारे इन्होंने रब के मारिया बहुत ज्यादा रब के मारिया की बहुत ही वही बदकिस्मती है कि यह हर समय तो शहर के फिक्र डुबे रहते हैं पूरे शहर के फिक्र डुबे रहते हैं। पर कहते धर्म की जी धर्म के मौसम जड़ा है मुनसफ होवा करने वाले जो काजी हैं कहते इन्हों रबी हुक्म भैड़ी आदत पई हो पैया भैड़िया आदत पई हो आदत कहान खावा वर्डिया नित ईमान बेचण यह मार है काजी सारे नस्का सारे सारे काजियां की बदकिस्मती है कि इन्हों रब के द्वारा ही यह बड़ी बुरी जी है मार पई हुई है बड़ी बुरी आदत पै चुकी है कि यह लोग रिश्वत लेंदे हैं रिश्वत खाते हैं धर्म बेचते हैं ईमान बेचते हैं। कहते खावड़ वटियां नित ईमान बेचण धर्म बेचते हैं ईमान बेचते हैं रिश्वत खाते हैं यह मार है काजी सारे ने सारे काजियां भी रब के वलों जी जी आदत पई हुई है बद जी है मतलब रब के वलों ही भैड़ी आदत इन्हों पई हुई है रब दोजखन परे पा पालण के दोष इन्हों विचारियां जी हीर है वह कहती है कि इन्होंने विचारियों का असल के इन्होंने विचारियों का भी कोई दोष नहीं है क्योंकि रब जिहड़ा है वह दोजख जिहड़ा है मतलब नरक के स्वर्ग की गल करती है कि नरक मतलब दोजख की अग के बालण दे बालन पाने के लिए भी रब गुस्से की लौड़ पैंदी है। सो इस करके वह इन्हों तो पाप करवाता है तो इन्हों पापियों के नाल दोजख बालन के नाल भरता रहता है जो नरक है उसका बालन का काम जो है पापी फिर करते हैं। सो वारिश शाह मियाँ बड़ी बहुत ही औखी नहीं जानती साइना कारिया। सो अगर कहती है कि बारिश शाह कहता है कि असी काजियां दियां अजिहियां करतूतां पहला नहीं जानते सानू पता नहीं सी कि काजी लोग अजिहा साडे नाल करनगे। सो असी काजियां दियां करतूतां नहीं जानते पर हुण उन्हां दियां करतूतां जिहड़ियां हन उह साडे सिर ते पै बड़ी मुश्किल बड़ी मुसीबत पै गई हैं जिन्हां ने सानू बड़ी मुश्किल दे विच पा दिता है तो हुण मुश्किल मुश्किल साडे सिर दे उत्ते बड़ी मुश्किल आन बनी है तो काजी सारे जड़े हैं साढ़े जड़े हैं जुड़े दिलों तोड़न का काम कर लगे हुए हैं। काजी जोड़े लोग हैं ये सानू आपस के एकमिक होया विछोड़न का काम कर रहे हैं साढ़े एक हो चुके दिलों जोड़न का जो काम है वह कर रहे हैं। सो ये जोड़े काजी हैं ये लोग जोड़े धर्म के नए धर्म के अनुसार न्याय करने वाले होंगे सन ये अज साढ़े खिलाफ जोड़ा है वह खड़े हो गए हैं। सो ही जी है इस समय जी है ये गलबात सोच रही है। सो अगे चल रहे हैं जी कहते जेड़े छड़ के राह हलाल देखू तकड़ नजर हराम की मार लगे कहते कबर बिच बह के नाल गुरजा उत्थे पाप ते पुन निवारणगे रोज हशर ते दोग जखी पकड़ के ते कट अग दे विच निगारणगे कुछ वक्त न किसे है साथ रलना खाली दस्त ते जेब भी छाड़नगे वारिशाह ए उम्र दे लाल मोरे एक रोज अकाबत हारनगे। सो जड़ा है
इस किस्से दे विच जिहड़ा कवि है हीर राजे दी प्रेम कहानी नूं बयान करता होया इन्हां सत्रां दे विच जिहड़ा है हीर जिहड़ी है हीर नूं इह डराउंदा जिहड़ा काजी है ਉਹ ਹੀਰ ਨੂੰ ਡਰਾਉਂਦਾ ਹੈ ਕਿ ਜਿਹੜੇ ਸਰਾਂ ਦੇ ਰਾਹ ਨੂੰ ਛੱਡ ਕੇ ਕੁਰਾਹੇ ਤੁਰਦੇ ਹਨ ਸਰਾਂ ਦੇ ਰਿਸਵਾਂ ਦੇ ਰਾਹ ਨੂੰ ਨਹੀਂ ਮੰਨਦੇ ਕੁਰਾਹ ਤੇ ਤੁਰਦੇ ਹਨ ਕੁਰਾਹੇ ਪੈ ਜਾਂਦੇ ਹਨ ਉਹਨਾਂ ਨੂੰ ਕਬਰ ਅਤੇ ਦੋਜ਼ਖ ਦੇ ਵਿੱਚ ਵੀ ਦੁੱਖ ਜਿਹੜੇ ਹਨ ਉਹ ਸਹਿਣੇ ਪੈਂਦੇ ਹਨ ਕਬਰ ਦੇ ਵਿੱਚ ਤੇ ਨਰਕ ਦੇ ਦੁੱਖ ਜਿਹੜੇ ਹਨ ਉਹ ਸਹਿਣੇ ਪੈਂਦੇ ਹਨ ਜਿਹੜਾ ਕਾਜ਼ੀ ਹੈ ਕਿਸ ਤਰ੍ਹਾਂ ਜਿਹੜਾ ਹੈ ਹੀਰ ਨੂੰ ਡਰਾਉਂਦਾ ਹੈ ਕਹਿੰਦੇ ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤੱਕਣ ਨਜ਼ਰ ਹਰਾਮ ਦੀ ਮਾਰ ਲੰਗੇ ਕਾਜ਼ੀ ਹੀਰ ਨੂੰ ਕਹਿੰਦਾ ਹੈ ਕਿ ਜਿਹੜੇ ਸਰਾਂ ਦੇ ਨਿਜ਼ਮ ਦੇ ਮਤਲਬ ਨਿਜ਼ਮ ਕੀਤੇ ਰਾਹ ਨੂੰ ਸਰਾਂ ਦੇ ਨਿਸ਼ਮਿਤ ਕੀਤੇ ਹੋਏ ਰਾਹ ਨੂੰ ਛੱਡ ਕੇ ਅਧਰਮ ਦੇ ਰਾਹ ਉੱਤੇ ਤੁਰਦੇ ਹਨ ਉਹਨਾਂ ਨੂੰ ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਵੀ ਮਾਰ ਹੀ ਪਵੇਗੀ ਕਬਰ ਵਿੱਚ ਬਹਿ ਕੇ ਨਾਲ ਗੁਰਜ਼ਾਂ ਉੱਤੇ ਪਾਪ ਅਤੇ ਪੁੰਨ ਨਿਵਾਰਨਗੇ ਉਹਨਾਂ ਨੂੰ ਕਬਰ ਵਿੱਚ ਬਿਠਾ ਕੇ ਗੁਰਜ ਮਾਰੇ ਜਾਣਗੇ ਸੋ ਜਿਹੜਾ ਹੈ ਮਤਲਬ ਉਹਨਾਂ ਨੂੰ ਕਬਰ ਦੇ ਵਿੱਚ ਬਿਠਾ ਕੇ ਵੀ ਜਿਹੜਾ ਹੈ ਦੁੱਖ ਦਿੱਤੇ ਜਾਣਗੇ ਸੋ ਉਹਨਾਂ ਨੂੰ ਕਬਰ ਦੇ ਵਿੱਚ ਬਿਠਾ ਕੇ ਗੁਰਜ ਮਾਰੇ ਜਾਣਗੇ ਅਤੇ ਉੱਥੇ ਉਹਨਾਂ ਦੇ ਪਾਪ ਅਤੇ ਪੁੰਨ ਦਾ ਜਿਹੜਾ ਨਵੇੜਾ ਹੈ ਹਿਸਾਬ ਕਿਤਾਬ ਉਹ ਕੀਤਾ ਜਾਵੇਗਾ ਰੋਜ਼ ਹਸਰਤ ਦੇ ਦੋਜ਼ਖੀ ਪਕੜ ਕੇ ਤੇ ਕੱਤ ਅੱਗ ਦੇ ਵਿੱਚ ਨਿਗਾਰਨਗੇ ਫਿਰ ਕਹਿੰਦੇ ਫਿਰ ਕਿਆਮਤ ਦੇ ਦਿਨ ਉੱਤੇ ਉਹਨਾਂ ਨਾਲ ਨਰਕ ਦੇ ਪਾਖੀਆਂ ਨੂੰ ਅੱਗ ਦੇ ਵਿੱਚ ਸੁੱਟ ਕੇ ਸਾੜ ਦਿੱਤਾ ਜਾਵੇਗਾ ਸੋ ਕਹਿੰਦੇ ਰੋਜ਼ ਕੁਝ ਵਕਤ ਨਾ ਕਿਸੇ ਦਾ ਕਿਸੇ ਹੈ ਸਾਥ ਰਲਣਾ ਕਹਿੰਦੇ ਜਦੋਂ ਅੰਤ ਵੇਲੇ ਇੱਕ ਤੁਰਨ ਦਾ ਸਮਾਂ ਆਵੇਗਾ ਉਦੋਂ ਬੰਦੇ ਦਾ ਕਿਸੇ ਨੇ ਵੀ ਸਾਥ ਜਿਹੜਾ ਹੈ ਉਹ ਨਹੀਂ ਦੇਣਾ ਸੋ ਖਾਲੀ ਹੱਥ ਖਾਲੀ ਦਸਤ ਅਤੇ ਜੇਬ ਵੀ ਝਾੜਨਗੇ ਅਤੇ ਉਹ ਉਹਨਾਂ ਨੂੰ ਆਪਣੇ ਹੱਥ ਅਤੇ ਜੇਬ ਸਭ ਕੁਝ ਇੱਥੇ ਖਾਲੀ ਝਾੜ ਕੇ ਹੀ ਅੱਗੇ ਤੁਰਨਾ ਪਵੇਗਾ ਵਾਰਿਸ਼ਾ ਇਹ ਉਮਰ ਦੇ ਲਾਲ ਮੋਹਰੇ ਇੱਕ ਰੋਜ਼ ਨੂੰ ਅੱਕ ਯੋਗਤ ਪਾਰਨਗੇ ਸੋ ਵਾਰਿਸ਼ਾ ਕਹਿੰਦਾ ਹੈ ਅਖੀਰ ਇੱਕ ਦਿਨ ਬੰਦਾ ਉਮਰ ਦੇ ਇਹਨਾਂ ਲਾਲ ਮੋਹਰਿਆਂ ਨੂੰ ਹਾਰ ਜਾਵੇਗਾ ਅਤੇ ਉਸਨੂੰ ਇੱਥੋਂ ਖਾਲੀ ਹੱਥ ਜਿਹੜਾ ਹੈ ਉਹ ਤੁਰਨਾ ਹੀ ਪਵੇਗਾ ਸੋ ਜਿਹੜਾ ਕਾਜ਼ੀ ਹੈ ਹੀਰ ਨੂੰ ਸਮਝਾਉਣ ਦੀ ਯਤਨ ਕਰ ਰਿਹਾ ਹੈ ਕਿ ਉਸਨੂੰ ਜਿਹੜਾ ਹੈ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਹੈ ਅਤੇ ਜਿਹੜਾ ਉਸਦੇ ਮਾਂ ਬਾਪ ਦੇ ਸੁਣੇ ਹੋਏ ਬਾਅਦ ਜਿਹੜਾ ਹੈ ਸਾਦੇ ਖੇੜੇ ਦੇ ਨਾਲ ਵਿਆਹ ਜਿਹੜਾ ਹੈ ਉਹ ਕਰਵਾ ਲੈਣਾ ਚਾਹੀਦਾ ਹੈ ਸੋ ਅੱਗੇ ਦੇਖਦੇ ਜੀ ਕਹਿੰਦੇ ਕਾਲੂ ਬੋਲਾਂ ਦੇ ਉਹ ਨਿਕਾਹ ਬੱਧਾ ਰੂਹ ਨਬੀ ਦੀ ਆਪ ਪੜਾਇਆ ਈ ਕੁਤਬ ਹੋ ਵਕੀਲ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ ਜ਼ਿਬਰਾਇਲ ਮਿਕਾਇਲ ਗਵਾਹ ਚਾਰੇ ਇਜ਼ਰਾਇਲ ਇਸਰਾਫੀਲ ਵੀ ਆਇਆ ਈ ਅਖਲਾ ਤੋੜ ਕੇ ਹੋਰ ਨਿਕਾਹ ਪੜਨਾ ਅੱਖ ਰੱਬ ਨੇ ਕਦੋਂ ਫਰਮਾਇਆ ਈ ਸੋ ਇਹ ਜਿਹੜੀਆਂ ਸਤਰਾਂ ਹਨ ਇਹਨਾਂ ਲਾਈਨਾਂ ਦੇ ਵਿੱਚ ਜਿਹੜੀ ਹੀਰ ਹੈ ਉਹ ਕਾਜ਼ੀ ਨੂੰ ਸਮਝਾਉਣ ਦਾ ਯਤਨ ਕਰ ਰਹੀ ਹੈ ਕਿ ਉਸ ਦਾ ਨਿਕਾਹ ਤਾਂ ਖੁਦ ਰੱਬ ਨੇ ਆਪ ਕਰਵਾ ਦਿੱਤਾ ਸੀ ਜਿਸ ਵਿੱਚ ਚਾਰ ਜਿਹੜੇ ਹਨ ਵੱਡੇ ਵੱਡੇ ਪੀਰ ਫਕੀਰ ਜਿਹੜੇ ਹਨ ਦੇਵਤੇ ਜਿਹੜੇ ਹਨ ਉਹ ਗਵਾਹ ਵੀ ਹਨ ਸੋ ਇਸ ਕਰਕੇ ਉਸਨੂੰ ਜਿਹੜਾ ਹੈ ਉਸਦਾ ਵਿਆਹ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਸੋ ਹੀਰ ਜਿਹੜੀ ਹੈ ਉਹ ਕਾਜ਼ੀ ਨੂੰ ਉੱਥੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਕਿਸ ਤਰ੍ਹਾਂ ਕਾਜ਼ੀ ਉਸਦਾ ਜਿਹੜਾ ਨਿਕਾਹ ਤਾਂ ਹੀਰ ਦਾ ਨਿਕਾਹ ਤਾਂ ਪਹਿਲਾਂ ਹੀ ਜਿਹੜਾ ਰਾਜੇ ਦੇ ਨਾਲ ਜਿਹੜਾ ਪੜਾ ਦਿੱਤਾ ਗਿਆ ਹੈ ਸੋ ਉਸਨੂੰ ਨਾ ਤੋੜੇ ਸੋ ਹੀਰ ਜਿਹੜੀ ਹੈ ਉਹ ਜਿਹੜੀ ਹੈ ਕਾਜ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੂੰ ਜਿਹੜਾ ਹੈ ਉਸਦਾ ਜਿਹੜਾ ਰਾਜੇ ਦੇ ਨਾਲ ਪਿਆਰ ਹੈ ਉਸਨੂੰ ਤੋੜਨਾ ਨਹੀਂ ਚਾਹੀਦਾ ਰਾਜੇ ਨਾਲ ਉਸਨੂੰ ਵਾਕ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ ਸੋ ਹੀਰ ਜਿਹੜੀ ਹੈ ਉਹ ਕੀ ਕਹਿੰਦੀ ਹੈ ਜਿਹੜੀ ਹੀਰ ਹੈ ਉਹ ਕਹਿ ਰਹੀ ਹੈ ਕਿ ਉਸਦਾ ਵਿਆਹ ਤਾਂ ਮੁੱਢ ਕਦੀਮ ਤੋਂ ਹੀ ਰਾਜੇ ਨਾਲ ਹੋ ਚੁੱਕਿਆ ਹੈ ਸੋ ਉਸਨੂੰ ਸਹਿਦੇ ਖੇਡ ਦੇ ਨਾਲ ਜਿਹੜਾ ਦੂਸਰਾ ਵਿਆਹ ਉਸਦਾ ਨਹੀਂ ਕਰਵਾਉਣਾ ਚਾਹੀਦਾ ਹੀਰ ਕਾਜ਼ੀ ਨੂੰ ਕਹਿਣ ਲੱਗੀ ਕਿ ਉਸਦਾ ਨਿਕਾਹ ਤਾਂ ਕਾਲੂ ਬਲਾਂ ਦੇ ਦੇਹੋ ਨਿਕਾਹ ਬੱਧਾ ਗੁਰੂ ਨਬੀ ਨੇ ਆਪ ਪੜਾਇਆ ਈ ਸੋ ਉਸਦਾ ਨਿਕਾਹ ਤਾਂ ਉਸ ਦਿਨ ਹਜ਼ਰਤ ਮੁਹੰਮਦ ਸਾਹਿਬ ਨਬੀ ਮਤਲਬ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਪੜਾਇਆ ਸੀ ਜਿਸ ਦਿਨ ਰੱਬ ਦੇ ਫਰਿਸ਼ਤਿਆਂ ਦੀ ਸਿਰਜਣਾ ਕਰ ਰਿਹਾ ਸੀ ਕਾਲੂ ਬਦੀ ਉਸ ਦਿਨ ਜਦੋਂ ਰੱਬ ਨੇ ਰੂਹਾਂ ਦੀ ਸਿਰਜਣਾ ਕੀਤੀ ਸੀ ਤੇ ਉਹਨਾਂ ਨੇ ਉਸ ਦੀ ਮੂੰਦ ਨੂੰ ਦ੍ਰਿੜ ਕਰਵਾਇਆ ਸੀ ਸੋ ਮਤਲਬ ਜਦੋਂ ਉਹਨਾਂ ਦੀ ਮੂੰਦ ਜਿਹੜੀ ਹੈ ਉਹ ਬਣੀ ਸੀ ਉਸ ਦਿਨ ਤੋਂ ਉਹਨਾਂ ਦਾ ਨਿਕਾਹ ਜਿਹੜਾ ਹੈ ਉਹ ਹੋ ਚੁੱਕਾ ਸੀ ਸੋ ਕਾਜ਼ੀ ਕਹਿਣ ਲੱਗੀ ਕਿ ਉਸਦਾ ਨਿਕਾਹ ਤਾਂ ਉਸ ਦਿਨ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਪੜਾ ਦਿੱਤਾ ਸੀ ਜਿਸ ਦਿਨ
रब के फरिश्तियां की जिहड़ी सी ओह रब के फरिश्तियां की सिरजना जिहड़ी सी कर रहा सी ते उस दिन ही अपनी मूंद उसने दृढ़ कर दित्ती सी। उस समय जिहड़ा है कहिंदे कुतब हो वकील विच आ बैठा हुक्म रब ने आन कराया है। कहिंदे उस समय रब के हुक्म नाल इस युग का सब तो वड्डा सूफी इस निकाह की वकालत करन वाला बन गया सी। उस समय रब के कथन हजरत मुहम्मद साहिब तक पहुँचाने वाला फरिश्ता जिब्राइल मिकाइल गवाह चारे इसराइल इसराफील भी आया है। सो जिहड़ा है रब के कथन हजरत मुहम्मद साहिब तक पहुँचाने वाला फरिश्ता जिब्राइल दुनिया के भंडार का मालक फरिश्ता मिकाइल अति मौत का फरिश्ता इसराइल ते क्यामत वाले दिन बिघल बजाने वाला फरिश्ता जिहड़ा है इसराफील चारे जिहड़े सन वह मौके के गवाह जिहड़े हन वह बन गए सन। सो हीर ने काजी नूं पुछिया कि वह उसनूं दसे कि रब नबी ते फरिश्तियां द्वारा इस निकाह नूं तोड़ के रब दे फरिश्ते नबी दे द्वारा इस उसदे इस निकाह नूं तोड़ के उसका ब्याह जिहड़ा है वह करन की उसका ब्याह दूसरे नाल करन दी आग्या उसनूं दिंदा है। उसका अजिहा ब्याह करना तो सरां दे उल्ट है। सो वह भी जिहड़ी है काजी नूं कहती है कि वह दसे कि की इह गल सही है कि रब दे फरिश्तियां द्वारा उसका कीता हुआ निकाह जिहड़ा है उसनूं तोड़ के जिहड़ा काजी है उसका निकाह आप जिहड़ा है दूसरी जगह पढ़ाउण दी कोशिश कर रहा है। सो की इह गल सही है उसनूं आप ही इसनूं देखना चाहीदा है। सो अज दी जिहड़ी क्लास है उसदे विच असीं इन्ना ही किस्सा करांगे जी। बाकी जिहड़ा किस्सा रह गया है खीर ते जिहड़ा कच्च दे विचकार जो भी वार्तालाप रह गई है जो विचार चर्चा होवेगी वह असीं साडी अगली क्लास दे विच करांगे। सो अज दी क्लास आपां इत्थे ही समाप्त करदे हां। मिलदे हां अपनी अगली क्लास दे विच किस्से दे अगले भाग दे नाल। धन्यवाद।